ਲੰਬੀ ਉਮਰ ਦਰਾਜੀ ਦੀ ਮੈਂ ਦੁਆ ਕਰਦਾ ਜੀ। ਨਾਜ਼ਰੀਨ ਸਾਡੇ ਨਾਲ ਨੇ ਗੈਲਰੀ ਦੇ ਖੂਬਸੂਰਤ ਤਸਵੀਰਾਂ ਦੇ ਮੁਸੱਵਰ ਸੈਯਦ ਮੁਮਤਾਜ਼ ਅਹਿਮਦ ਔਰ ਉਹਨਾਂ ਦੇ ਨਾਲ ਨੇ ਉਹਨਾਂ ਦੀ ਮਿਸਿਸ ਸਾਰਾ ਮੁਮਤਾਜ਼। ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਦਾ ਇਹ ਖੂਬਸੂਰਤ ਤਸਵੀਰਾਂ ਦਾ ਤਜਰਬਾ ਕੈਸਾ ਰਿਹਾ। ਮੇਰਾ ਨਾਮ ਸੈਯਦ ਮੁਮਤਾਜ਼ ਅਹਿਮਦ ਹੈ ਔਰ ਮੈਂ ਸਵੀਡਨ ਮੇਂ ਰਿਹਾਇਸ਼ ਪਰੇਸ ਹੂੰ ਔਰ ਮੈਂ ਯਹਾਂ ਪੇ ਆਇਆ ਹੂੰ ਇਸ ਸ਼ਾਕਰੇਲੀ ਮਿਊਜ਼ੀਅਮ ਮੇਰੀ ਅੱਜ ਐਗਜ਼ੀਬਿਸ਼ਨ ਹੈ ਔਰ ਇਹ ਪੇਂਟਿੰਗ ਜੋ ਮੇਰੀ ਹੈ ਇਸ ਮੇਂ ਮੈਨੇ ਆਪਣਾ ਆਈਡੀਆ ਦਿਆ ਹੈ ਕਿ ਜੈਸੇ ਪਾਕਿਸਤਾਨ ਮੇਂ ਗ੍ਰੀਨਰੀ ਪਾਕਿਸਤਾਨ ਮੇਂ ਕੈਸੇ ਵੋ ਆਪਣਾ ਸੋਚ ਇਨਕੀ ਜੋ ਹੈ ਵੋ ਇਸ ਮੇਂ ਇਹਨੋਨੇ ਦੀ ਹੈ। ਇਹ ਆਪਕੋ ਨਜ਼ਰ ਆ ਰਹਾ ਹੋਗਾ ਜੈਸੇ ਕਿ ਇਹ ਰੂਟਸ ਬਣਾਏ ਗਏ ਹੈ ਇਹ ਦਿਖਾਇਆ ਗਿਆ ਹੈ ਕਿ ਜ਼ਮੀਨ ਪੇ ਆਪ ਹਮਾਰੀ ਖੁਦਾ ਤੱਕ ਕੈਸੇ ਪਹੁੰਚ ਹੋ ਹਮ ਕੈਸੇ ਦੁਆ ਮੰਗੇ ਆਪਣੀ ਔਰ ਕੈਸੇ ਕਰੇ। ਇਹ ਜੋ ਹੈ ਇਹ ਇਨਕਾ ਇਹ ਆਈਡੀਆ ਥਾ ਕਿ ਜੈਸੇ ਆਪ ਅੰਦਰ ਸੇ ਜ਼ਮੀਨ ਸੇ ਪਾਣੀ ਲੇਤੇ ਹੈ ਔਰ ਉਸਕੇ ਅੰਦਰ ਇਹ ਆ ਕੇ ਸੇ ਪਾਣੀ ਕੇ ਅੰਦਰ ਸੇ ਪੀਏ ਗ੍ਰੀਨਰੀ ਨਿਕਲ ਰਹੀ ਹੈ ਔਰ ਇਹ ਗ੍ਰੀਨ ਹਮਾਰੇ ਮੁਲਕ ਮੇਂ ਜ਼ਿਆਦਾ ਗ੍ਰੀਨਰੀ ਹੋ। ਇਹ ਚੀਜ਼ ਕੇ ਬਾਰੇ ਮੇਂ ਆਪ ਦੇਖ ਰਹੇ ਹੈ ਕਿ ਇਹਨਾਂ ਸੋਲਰ ਸਿਸਟਮ ਕਾ ਥੋੜਾ ਸਾ ਬਤਾਇਆ ਕਿ ਜੋ ਹਮਾਰੇ ਲੋ ਸ਼ੇਡਿੰਗ ਹੋਤੀ ਹੈ ਉਸਕੇ ਬਾਰੇ ਮੇਂ ਕਿ ਕੈਸੇ ਹਮ ਲੋਕ ਕੈਸੇ ਇਸਕੋ ਖਤਮ ਕੀਆ ਜਾਏ। ਇਹ ਆਪ ਦੇਖ ਰਹੇ ਕਿ ਥੋੜਾ ਸਾ ਲਿਖਾ ਗਿਆ ਅੱਲਾਹ ਕਿ ਅੱਲਾਹ ਤਾਲਾ ਨੇ ਹਮੇਂ ਦੀਆਂ ਇਤਨੀ ਖੁਸ਼ੀਆਂ ਹਮੇਂ ਇਤਨੀ ਨੇਚਰ ਹਮੇਂ ਹਰ ਚੀਜ਼ ਜੋ ਅੱਲਾਹ ਕੀ ਤਰਫ ਸੇ ਮਿਲੀ ਹੈ। ਮੁਖਤਲਿਫ ਆਪ ਦੇਖ ਰਹੇ ਹੈ ਦਰਖਤ ਉਸਕੇ ਰੂਟਸ ਕੈਸੇ ਬਣੀ ਹੋਈ ਹੈ ਸਿਸਟਮ ਸਾਰਾ ਜੈਸੇ ਬਿਲਡਿੰਗਸ ਵਗੈਰਾ ਕੈਸੇ ਬਣੇ ਕੈਸੇ ਹੋ ਕੈਸੇ ਇਹ ਸਭ ਚੀਜ਼ ਉਸਕੇ ਇਸਕੇ ਅੰਦਰ ਬਤਾ ਰਹੇ ਹੈ ਕਿ ਦਿਖਾਇਆ ਗਿਆ ਹੈ ਕਿ ਜੈਸੇ ਮੁਖਤਲਿਫ ਆਪ ਦੇਖ ਰਹੇ ਹੈ ਮੁਖਤਲਿਫ ਚੀਜ਼ੇ ਔਰ ਮੁਖਤਲਿਫ ਇਹ ਰਾਸਤੇ ਕਿ ਕੌਨ ਸਾ ਰਾਸਤਾ ਹੈ ਮੁਖਤਲਿਫ ਰਾਸਤੇ ਜਾ ਰਹੇ ਹੈ ਮੁਖਤਲਿਫ ਜਗ੍ਹਾ ਪੇ ਜਾ ਰਹੇ ਹੈ ਕੌਨ ਸਾ ਰਾਸਤਾ ਹੈ ਜੋ ਮੈਂ ਇਸਮੇਂ ਦਿਖਾ ਇਸ ਤਸਵੀਰ ਮੇਂ ਦਿਖਾਇਆ ਗਿਆ ਹੈ ਕਿ ਆਪ ਦੇਖ ਰਹੇ ਹੈ ਕਿ ਜੇ ਮੁਖਤਲਿਫ ਬਣੇ ਹੋਏ ਕਿ ਜੈਸੇ ਹਮਾਰੀ ਅੰਦਰੂਨ ਸ਼ਹਿਰ ਮੇਂ ਇਨਕੀ ਸੋਚ ਇਹ ਥੀ ਪਹਿਲੇ ਕੈਸੇ ਰਾਸਤਾ ਕੈਸੇ ਨਏ ਰਾਸਤੇ ਬਣੇ ਕੈਸੇ ਯਹਾਂ ਪੇ ਸਹੀ ਤਰੀਕੇ ਸੇ ਹਮ ਜਾ ਸਕੇ ਨਏ ਰਾਸਤੇ ਬਣੇ ਨਈ ਜਗ੍ਹਾ ਬਣੇ ਨਈ ਵੋ ਤੋ ਵੋ ਡਿਵੈਲਪਮੈਂਟ ਜੋ ਅਬ ਹੋਈ ਹੈ ਇਨਕੀ ਸੋਚ ਬਹੁਤ ਪਹਿਲੇ ਥੀ। ਜੀ ਨਾਜ਼ਰੀਨ ਸ਼ਕਰੇਲੀ ਮਿਊਜ਼ੀਅਮ ਦੇ ਵਿੱਚ ਸੈਯਦ ਮੁਮਤਾਜ਼ ਅਹਿਮਦ ਦੀ ਇਸ ਖੂਬਸੂਰਤ ਆਰਟ ਗੈਲਰੀ ਦੀਆਂ ਖੂਬਸੂਰਤ ਤਸਵੀਰਾਂ ਦੀ ਨੁਮਾਇਸ਼ ਤੁਸੀਂ ਵੀ ਸਾਡੇ ਨਾਲ ਦੇਖੀ ਔਰ ਇੱਕ ਚੀਜ਼ ਜਿਹੜੀ ਕਿ ਮੈਂ ਖਾਸ ਤੌਰ 'ਤੇ ਨੋਟਿਸ ਕੀਤੀ ਹੈ ਯਕੀਨਨ ਤੁਸੀਂ ਵੀ ਨੋਟਿਸ ਕੀਤੀ ਹੋਣੀ ਹੈ ਕਿ ਇਹਨਾਂ ਤਸਵੀਰਾਂ ਦੇ ਵਿੱਚ ਸਬਜ਼ ਰੰਗ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਗਿਆ ਔਰ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸਬਜ਼ ਰੰਗ ਜਿਹੜਾ ਸਲਾਮਤੀ ਦੀ ਨਿਸ਼ਾਨੀ ਹੁੰਦਾ ਔਰ ਸਾਡਾ ਜਿਹੜਾ ਪਾਕਿਸਤਾਨ ਹੈ ਉਹਨਾਂ ਬਲਕਿ ਉਹਨਾਂ ਦਾ ਇੱਕ ਪੈਗਾਮ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਿਹੜਾ ਉਹਨਾਂ ਨੇ ਇਸ ਤਸਵੀਰਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਾਇਆ ਸਬਜ਼ ਰੰਗ ਇਸਤੇਮਾਲ ਕਰਕੇ ਕਿ ਸਾਡਾ ਜਿਹੜਾ ਮੁਲਕ ਹੈ ਉਹ ਸਲਾਮਤੀ ਦਾ ਗਹਿਵਾਰਾ ਹੈ ਔਰ ਇਨਸ਼ਾਅੱਲਾ ਅੱਲਾਹ ਤਾਲਾ ਨੇ ਚਾਹਿਆ ਤਾਂ ਹਮੇਸ਼ਾ ਸਾਡਾ ਮੁਲਕ ਸਲਾਮਤੀ ਔਰ ਅਮਨ ਦਾ ਗਹਿਵਾਰਾ ਰਹੇਗਾ। ਐਸੇ ਪੈਗਾਮ ਦੇ ਨਾਲ ਮੈਨੂੰ ਯਾਨੀ ਕਿ ਸਮਰੀਨ ਨੂੰ ਦਿਓ ਇਜਾਜ਼ਤ ਰੱਬ ਰੱਖਾ।